ਸਤ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਕਮਲਜੀਤ ਭੁੱਲਰ। ਅੱਜ ਗੱਲ ਕਰਦੇ ਹਾਂ ਨਾ ਧੀਆਂ ਦੀ, ਜੋ ਆਪਣੇ ਭੈਣ ਭਰਾ ਮਾਂ ਪਿਓ ਤੋਂ ਦੂਰ ਪ੍ਰਦੇਸ਼ਾਂ ਵਿੱਚ ਰਹਿ ਰਹੀਆਂ ਨੇ। ਸੋ ਇੱਕ ਧੀ ਆਪਣੀ ਮਾਂ ਨੂੰ ਫੋਨ 'ਤੇ ਕੀ ਕਹਿੰਦੀ ਆ, ਉਹ ਇੱਕ ਗੀਤ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਜੇ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਜੀ। ਸੋ ਸੁਣੇ ਹੋ ਬਾਹਰ ਭੇਜਣੇ ਦਾ ਸਾਡੇ ਨਾ ਰਿਵਾਜ ਸੀ, ਤੂੰ ਮੈਨੂੰ ਉਸ ਵੇਲੇ ਚਾੜਿਆ ਜਹਾਜ ਸੀ। ਬਾਹਰ ਭੇਜਣੇ ਦਾ ਸਾਡੇ ਨਾ ਰਿਵਾਜ ਸੀ, ਤੂੰ ਮੈਨੂੰ ਉਸ ਵੇਲੇ ਚਾੜਿਆ ਜਹਾਜ ਸੀ। ਜਿਹੜੇ ਆੜਤ ਤੋਂ ਚੱਕੇ 7 ਲੱਖ ਸੀ, ਹੁਣ ਹੌਲੀ ਹੌਲੀ ਲਾਉਣ ਲੱਗ ਪਈ। ਸ਼ਹਿਰ ਗੋਰਿਆਂ ਦੇ ਬੇਬੇ ਤੇਰੀ ਲਾਡਲੀ ਨੀ, ਹੁਣ ਡਾਲਰ ਕਮਾਉਣ ਲੱਗ ਪਈ। ਸ਼ਹਿਰ ਗੋਰਿਆਂ ਦੇ ਬੇਬੇ ਤੇਰੀ ਲਾਡਲੀ ਨੀ, ਹੁਣ ਡਾਲਰ ਕਮਾਉਣ ਲੱਗ ਪਈ। ਨੀ ਹੁਣ ਪਤਾ ਲੱਗੀ ਕੀਮਤ ਕਮਾਈ ਦੀ, ਨਹੀਂ ਉਹ ਸੌਖੀ ਰੇੜੀ ਬਾਹਰ ਰੋਟੀ ਖਾਈ ਦੀ। ਨੀ ਹੁਣ ਪਤਾ ਲੱਗੀ ਕੀਮਤ ਕਮਾਈ ਦੀ, ਨਹੀਂ ਉਹ ਸੌਖੀ ਜਿਹੜੀ ਬਾਹਰ ਰੋਟੀ ਖਾਈ ਦੀ। ਤੇਰੀ ਕੁੱਖ ਦਾ ਮੈਂ ਸਦਾ ਮੁੱਲ ਮੋੜਿਆ, ਤਸੱਲੀ ਦਿਲ ਨੂੰ ਆ ਹੁਣ ਲੱਗ ਪਈ। ਸ਼ਹਿਰ ਗੋਰਿਆਂ ਦੇ ਬੇਬੇ ਤੇਰੀ ਲਾਡਲੀ ਨੀ, ਹੁਣ ਡਾਲਰ ਕਮਾਉਣ ਲੱਗ ਪਈ। ਸ਼ਹਿਰ ਗੋਰਿਆਂ ਦੇ ਬੇਬੇ ਤੇਰੀ ਲਾਡਲੀ ਨੀ, ਹੁਣ ਡਾਲਰ ਕਮਾਉਣ ਲੱਗ ਪਈ। ਅੱਗੋਂ ਮਾਂ ਆਪਣੀ ਧੀ ਨੂੰ ਕੀ ਕਹਿੰਦੀ ਆ, ਸੋ ਗੌਰ ਕਰਿਓ ਜੀ। ਨੀ ਤੇਰੀ ਮਿਹਨਤ ਨਾ ਚੱਲੇ ਕਾਰੋਬਾਰ ਨੀ, ਹੰਝੂ ਡਿੱਗ ਪੈਂਦੇ ਦੇਖ ਕੇ ਪਿਆਰ ਨੀ। ਨੀ ਤੇਰੀ ਮਿਹਨਤ ਨਾ ਚੱਲੇ ਕਾਰੋਬਾਰ ਨੀ, ਹੰਝੂ ਡਿੱਗ ਪੈਂਦੇ ਦੇਖ ਕੇ ਪਿਆਰ ਨੀ। ਸਦਾ ਸੁਖੀ ਰਹਿ ਤੂੰ ਮੇਰੀ ਲਾਡੋ ਰਾਣੀ ਏ, ਨੀ ਤੂੰ ਮੋੜਿਆ ਨਾ ਕਹਿਣਾ ਕਦੇ ਅੰਮੀ ਦਾ। ਰਹਿ ਤੂੰ ਜੁਗ ਜੁਗ ਵੱਸਦੀ ਮੁਲਕ ਵਾਰ ਲਈ, ਨੀ ਮੈਨੂੰ ਮਾਣਿਆ ਨੀ ਧੀਏ ਤੇਰੀ ਜੰਮੀ ਦਾ। ਰਹਿ ਤੂੰ ਜੁਗ ਜੁਗ ਵੱਸਦੀ ਮੁਲਕ ਵਾਰ ਲਈ, ਨੀ ਮੈਨੂੰ ਮਾਣਿਆ ਨੀ ਧੀਏ ਤੇਰੀ ਜੰਮੀ ਦਾ। ਨੀ ਮੈਨੂੰ ਮਾਣਿਆ ਨੀ ਧੀਏ ਤੇਰੀ ਜੰਮੀ ਦਾ। ਹੋ